सारा हाल जो दिल करता सारा अभी थानू कह दिता कि असी अज थोड़ा सूट कट देना साडे वास्ते शाम नू लै जाओ साडे वास्ते सुबह लै जाओ सत्त तरीक के बड़े दिन आज बिस्मिल्लाहिर्रहमान अस्सलामुअलैकुम नाज़रीन तुहाडा अपना मेज़बान तनवीर खान कावच तुहाडी खिदमत च हाज़र है तुसीं देख रहे हो यूट्यूब चैनल अपना मुंडीखल अज अपने दोस्त नाल थोड़ी जी गल करना चाह रहा सी जाती अपनी गल है कि मैं चलो व्लॉग बना के तुहाडे नाल शेयर करने जरा तो तुसीं कमेंट्स करके दसना कि मैं गलत हाँ या कि अपनी राय का इजहार करना तुसीं अपने मेरे घर के सामने ना साडे इक टेलर है साढ़े अठ तरीक न शादी है और मैं उन्होंने कहा मैं यार भाई ये सूट है मेरा एक तो यार सी देगा अठाई तरीक न मैं उन्होंने सूट दिता मैं भाई अठाई तरीक सी उस दिन मैं भाई सूट सी दोगे सात तरीक न चाहिए सूट उन्हें फड़िया भी नहीं तो मैं कह लगा कि भाई जी टाइम नहीं है पहले दसदा जा रहा कि एक मेरा हमसाया मेरे दरवाजे के सामने वह दरवाजा दूसरा ਤਲਕ ਵਾਸਤਾ ਵੀ ਤੁਹਾਨੂੰ ਪਤਾ ਆਣ ਗੁਆਣ ਹੁੰਦਾ ਬੰਦੇ ਦਾ ਮੈਂ ਉਹਨੂੰ ਕਿਹਾ ਮੈਂ ਯਾਰ ਸੱਤਾਂ ਦਿਨ ਸੱਤ ਅੱਠ ਦਿਨ ਟਾਈਮ ਆ ਤੇ ਥੋੜਾ ਬਹੁਤਾ ਟਾਈਮ ਕੱਢ ਕੇ ਸੀ ਦੀ ਉਹਨੇ ਕਿਹਾ ਜੀ ਨਹੀਂ ਟਾਈਮ ਨਹੀਂ ਹੈ ਖੈਰ ਅਸੀਂ ਕਿਹਾ ਚਲੋ ਕੋਈ ਗੱਲ ਨਹੀਂ ਮੈਂ ਕਿਹਾ ਇਸ ਦਰਜ਼ੀ ਕੋਲ ਟਾਈਮ ਨਹੀਂ ਤੇ ਪਤਾ ਨਹੀਂ ਕੋ ਹੋਰ ਵੀ 6-7 ਦਿਨ ਚ ਸੀ ਕੇ ਇਹਨਾਂ ਦੇ ਕਿਉਂਕਿ 2-3 ਸਾਲ ਤੋਂ ਮੈਂ ਉਹਦੇ ਕੋਲ ਹੀ ਕੱਪੜੇ ਸਿਲਾਉਂਦਾ ਸੀ ਜਿਹਦੇ ਕੋਲ ਬੰਦਾ ਕੱਪੜੇ ਸਿਲਾਉਂਦਾ ਹੈ ਕੋਈ ਵੀ ਕੰਮ ਕਰਵਾਉਂਦਾ ਹੈ ਤੇ ਉਹਨੂੰ ਹੀ ਕਹਿਣਾ ਹੁੰਦਾ ਕਿ ਯਾਰ ਇਹ ਕੰਮ ਕਰ ਦੇ ਤੇ ਮੈਂ ਜਿਹਦੇ ਕੋਲ ਵੀ ਜਾਵਾਂਗੇ ਕੋਈ ਨਖਰੇ ਹੀ ਕਰੇਗਾ ਕਹੇਗਾ ਯਾਰ ਟਾਈਮ ਨਹੀਂ ਆ ਜਾਂ ਗਾਹਕ ਹੈ ਪਤਾ ਨਹੀਂ ਪਹਿਲਾਂ ਪਹਿਲੀ ਵਾਰੀ ਆਣਾ ਕਿਸੇ ਮੈਂ ਆਪਣੇ ਘਰਦਿਆਂ ਨਾਲ ਮਸ਼ਵਰਾ ਕੀਤਾ ਘਰਦੇ ਮੈਨੂੰ ਕਹਿਣ ਲੱਗੇ ਚਲੋ ਪਹਿਲੇ ਵੀ ਤੁਸੀਂ ਪੈਂਟ ਸ਼ਰਟ ਪਾਉਂਦੇ ਰਹੋ 2015-16 ਤੱਕ ਮੈਂ ਪੈਂਟ ਸ਼ਰਟ ਪਾਉਂਦਾ ਰਿਹਾ ਫਿਰ ਮੈਂ ਪੈਂਟ ਸ਼ਰਟ ਛੱਡ ਦਿੱਤੀ ਫਿਰ ਘਰਦੇ ਅਸੀਂ ਨਾ ਮੈਂ ਤੇ ਮੇਰੇ ਘਰਦੇ ਨਰਵਲ ਗਏ ਅਸੀਂ ਪੈਂਟ ਸ਼ਰਟ ਲੈ ਲਈ ਆਪਣੇ ਪੈਂਟ ਸ਼ਰਟ ਲੈ ਲਈ ਤੇ ਮੈਂ ਆਪਣੇ ਨਾ ਇਹ ਸ਼ਰਟ ਦੇ ਪੈਂਟ ਦੇ ਨਾ ਜਿਹੜੇ ਪਹੁੰਚੇ ਹੁੰਦੇ ਨੇ ਇਹ ਕਰਵਾਉਣੇ ਸੀ ਤਰਪਾਈ ਛੋਟੇ ਕਰਵਾਉਣੇ ਸੀ ਤੇ ਸ਼ਕਲਗੜੋਂ ਕਰਵਾਏ ਤੇ ਸ਼ਕਲਗੜ ਆਉਣਾ ਸੀ ਅੱਜ ਰੈਬੇ ਮੋਰ ਵੈਸੇ ਵੀ ਇਸ ਇਲਾਕੇ 'ਚ ਮਾਰਕੀਟਿੰਗ ਸੀ ਮੇਰੀ ਮੈਂ ਮਾਰਕੀਟਿੰਗ ਕਰਨਾ ਜਿਸ ਤੁਹਾਨੂੰ ਪਤਾ NGL ਦੀ ਤੇ ਇੱਥੇ ਇਕਬਾਲ ਭਾਈ ਨੇ ਤੁਸੀਂ ਇਹਨਾਂ ਦਾ ਨਾਮ ਵੀ ਪੜ੍ਹਦੇ ਪਏ ਇਕਬਾਲ ਟੇਲਰ ਉਸਤਾਦ ਅਰਸ਼ਦ ਟੇਲਰ ਜਦੋਂ ਰੈਬੇ ਮੋਰ ਮੈਂ ਇਹਨਾਂ ਦੇ ਨਾਲ ਸਲਾਮ ਦੁਆ ਹੁੰਦੀ ਰਹਿੰਦੀ ਆ ਮੈਂ ਇਹਨਾਂ ਨੂੰ ਕਾਲ ਕੀਤੀ ਮੈਂ ਯਾਰ ਪੈਂਟ ਸ਼ਰਟ ਲਿਆਉਣ ਤੋਂ ਬਾਅਦ ਕਾਲ ਕੀਤੀ ਐਵੇਂ ਮੈਂ ਯਾਰ ਇਹਦੇ ਇਸ ਦਰਜ਼ੀ ਦੇ ਦਿਲ 'ਚ ਨਾ ਹੋਏ ਜਿਹੜਾ ਹਮਸਾਇਆ ਸੀ ਕਿ ਮੈਂ ਨਹੀਂ ਸੀ ਕੇ ਦਿੱਤਾ ਪਤਾ ਨਹੀਂ ਕਿਸੇ ਨੇ ਵੀ ਨਹੀਂ ਇਹਨੂੰ ਸੀ ਕੇ ਦਿੱਤਾ ਮੈਂ ਇਕਬਾਲ ਭਾਈ ਨੂੰ ਫੋਨ ਕੀਤਾ ਮੈਂ ਯਾਰ ਸੂਟ ਸਿਲਾਣਾ ਅੱਜ ਤਰੀਕ ਹੋ ਗਈ ਹੈ 3 ਤੇ ਸੂਟ 6 ਤਰੀਕ ਨੂੰ ਚਾਹੀਦਾ ਤੇ ਕਹਿਣ ਲੱਗੇ ਭਾ ਜੀ ਤੁਸੀਂ ਲੈ ਕੇ ਆਓ ਭਾਵੇਂ ਲਾਗੇ ਬਹਿ ਕੇ ਸਿਲਾ ਕੇ ਲੈ ਜਾਓ ਤੇ ਭਾਵੇਂ ਸ਼ਾਮ ਨੂੰ ਲੈ ਜਾਓ ਤੇ ਭਾਵੇਂ ਸਵੇਰ ਲੈ ਜਾਓ ਤੇ ਹੁਣ ਆਪਣੇ ਤੁਸੀਂ ਦੇਖ ਲਓ ਇਕਬਾਲ ਭਾਈ ਮੇਰੇ ਲਾਗੇ ਨੇ ਇਹਨਾਂ ਨਾਲ ਗੱਲਬਾਤ ਕਰਕੇ ਨਾ ਤੇ ਤੁਹਾਡੇ ਨਾਲ ਸ਼ੇਅਰ ਕਰਨਾ ਅਸਲਾਮੁਅਲੈਕਮ ਜੀ ਕੀ ਹਾਲ ਹੈ ਵਾਲੇਕਮ ਅਸਲਾਮ ਠੀਕ ਠਾਕ ਜੀ ਵੀ ਅਲਹਮਦੁਲਿਲਾ ਹੋਰ ਸੌ ਸਭ ਖੈਰ ਕੇ ਸ਼ੁਕਰ ਅੱਲਾ ਥੋੜਾ ਜਿਹਾ ਟਾਈਮ ਆ ਤੁਹਾਡਾ ਬੀਜ਼ੀ ਤੇ ਵੀ ਬੜੇ ਨੇ ਵਿਆਹਾਂ ਸ਼ਾਦੀਆਂ ਦੇ ਦਿਨ ਚੱਲਦੇ ਪਏ ਨੇ ਅੱਛਾ ਇਕਬਾਲ ਭਾਈ ਇਸ ਤਰ੍ਹਾਂ ਜਿਸ ਮੈਂ ਗੱਲ ਦੱਸਦਾ ਪਿਆ ਇਸ ਤਰ੍ਹਾਂ ਗੱਲ ਹੋਈ ਹੈ ਤੁਹਾਡੇ ਨਾਲ ਬਿਲਕੁਲ ਜੀ ਸਹੀ ਜੀ ਮੈਂ ਤੁਹਾਨੂੰ ਕਿਹਾ ਕਿ ਸੂਟ ਸੀਣਾ ਇੱਕ ਤੇ ਤੂੰ ਆ ਗਿਆ ਜੀ ਲੈ ਕੇ ਆਓ ਮੈਂ ਬਿਲਕੁਲ ਜੀ ਅਸੇ ਚੱਲੀ ਕਿਹਾ ਜੀ ਅੱਛਾ ਵੀਰ ਜੀ ਇਹ ਮੈਨੂੰ ਦੱਸੋ ਕਿ ਦੇਖੋ ਇੱਕ ਬੰਦਾ ਕਸਟਮਰ ਹੋਏ ਤੁਹਾਡਾ ਕਸਟਮਰ ਹੋਏ ਲਗਾਤਾਰ ਤੁਹਾਡੇ ਕੋਲ ਕੱਪੜੇ ਸਵਾਉਂਦਾ ਹੈ ਅਗਰ ਉਹਨੂੰ ਐਮਰਜੈਂਸੀ ਜੀ ਕਿਤੇ ਸੂਟ ਸਿਲਾਣਾ ਪਾਈਏ ਆਇਆ ਕਿ ਤੁਸੀਂ ਨਹੀਂ ਸੀ ਕੇ ਦਿੰਦੇ ਸਰ ਜੀ ਅਸੀਂ ਤੇ ਕਸਟਮਰ ਨੂੰ ਉਸੇ ਵੇਲੇ ਸੀ ਕੇ ਦਵਾਂਗੇ ਜਿਹੜਾ ਆਦਾ ਸਾਡਾ ਜ਼ਾਤੀ ਰੈਗੂਲਰ ਕਸਟਮਰ ਹੋਏਗਾ ਜੀ ਜੀ ਉਹਨੂੰ ਤੇ ਅਸੀਂ ਸਰ ਜੀ ਉਸੇ ਵੇਲੇ ਕਹਾਂਗੇ ਲਿਆਓ ਸੂਟ ਅਸੀਂ ਬਣਾ ਬਸ ਕਿ ਦੇਖੋ ਕਸਟਮਰ ਹੈ ਤੁਹਾਡਾ ਅਗਰ ਉਹ ਸਰ ਨਾਰਾਜ਼ ਹੋਏ ਉਹ ਦੁਬਾਰਾ ਗਿਆ ਕਸਟਮਰ ਵੀ ਤੁਹਾਡਾ ਗਿਆ ਸਰ ਜੀ ਕਸਟਮਰ ਜਿਹੜਾ ਰੈਗੂਲਰ ਹੁੰਦਾ ਉਹਨੂੰ ਤੇ ਨਾਰਾਜ਼ ਕਰਨਾ ਨਹੀਂ ਚਾਹੀਦਾ ਭਾਵੇਂ ਜੋ ਮਰਜ਼ੀ ਹੋ ਜੇ ਇੱਕ ਘੰਟਾ ਵੱਧ ਲਗਾ ਲਓ ਕੋਈ ਮਸਲਾ ਨਹੀਂ ਆਏਗਾ ਜੀ ਜੀ ਜਿੱਥੇ 10 ਵਜੇ ਦੁਕਾਨ ਰਾਤੀ ਬੰਦ ਕਰਨੇ 11 ਵਜੇ ਕਰ ਲਵਾਂਗੇ ਇੱਕ ਘੰਟੇ ਦੀ ਮਾਰ ਆ ਸਰ ਸੂਟ ਸਾਰਾ ਸਹੀ ਡਬਲ ਸਿਲਾਈ ਕਰਾਂਗੇ ਤੇ 2 ਘੰਟੇ ਲੱਗ ਜਾਣਗੇ ਸਿੰਗਲ ਕਰਾਂਗੇ ਤੇ ਘੰਟਾ ਲੱਗੇਗਾ ਇੱਕ ਘੰਟੇ ਜੇ ਸਾਡਾ ਸੱਜਣ ਰਾਜ਼ੀ ਹੋ ਜੇ ਤੇ ਸਾਨੂੰ ਲਾਂਚ ਕੋਈ ਹਰਜ ਨਹੀਂ ਹੈ ਲੇਕਿਨ ਪੈਸੇ ਵੀ ਮਿਲਦੇ ਹੋਣੇ ਇਹ ਵੀ ਨਾ ਹੋਏ ਕਿ ਪੈਸੇ ਵੀ ਨਾ ਮਿਲਣ ਇੱਕ ਮਿਸਾਲ ਆ ਤੇ ਫਿਰ ਬੰਦਾ ਟਰਕਾਉਂਦਾ ਨਾ ਕਿਸੇ ਦਾ ਇੱਕ ਮਿਸਾਲ ਹੈ ਪੈਸੇ ਵੀ ਲੈਣੇ ਲੇਕਿਨ ਇੱਕ ਆਪਣਾ ਗਾਹਕ ਵੀ ਖਰਾਬ ਕਰ ਦੇਣਾ ਐਸਾ ਨਹੀਂ ਹੋਣਾ ਚਾਹੀਦਾ ਵੈਸੇ ਨਹੀਂ ਬਿਲਕੁਲ ਐਸਾ ਨਹੀਂ ਹੋਣਾ ਚਾਹੀਦਾ ਅਸੀਂ ਤੇ ਕਹਿੰਦੇ ਆ ਕਿ ਜਿਹੜਾ ਤੇਰਾ ਟੇਲਰ ਆ ਉਹਦੇ ਤੁਹਾਨੂੰ ਸਾਰੇ ਡਿਸਾਈਡ ਕੀਤਾ ਅਸੀਂ ਤੇ ਇਸ ਚੀਜ਼ ਤੇ ਕਹਿੰਦੇ ਆ ਕਿ ਤੁਹਾਨੂੰ ਨਹੀਂ ਸੀ ਕਰਨਾ ਚਾਹੀਦਾ ਤੁਹਾਡੇ ਨਾਲ ਉਹਨਾਂ ਨੂੰ ਲੇਕਿਨ ਉਹਨਾਂ ਦਾ ਜ਼ੇਨ ਆ ਹੁਣ ਪਤਾ ਨਹੀਂ ਕੀ ਸੋਚ ਕੇ ਉਹਨਾਂ ਤੁਹਾਨੂੰ ਜਿਹੜਾ ਕਿ ਜਵਾਬ ਦਿੱਤਾ ਜੀ ਜੀ ਤੇ ਅਸੀਂ ਤੇ ਸਾਰਾ ਹਾਜ਼ਰ ਆ ਜਦੋਂ ਤੁਹਾਡਾ ਦਿਲ ਕਰਦਾ ਹੋਵੇ ਸਾਰਾ ਅਸੀਂ ਤੁਹਾਨੂੰ ਕਹਿ ਦਿੱਤਾ ਕਿ ਅਸੀਂ ਅੱਜ ਤੁਹਾਡਾ ਸੂਟ ਕੱਟ ਦੇਣਾ ਸਾਡੇ ਵਾਸਤੇ ਸ਼ਾਮ ਨੂੰ ਲੈ ਜਾਓ ਤੇ ਸਾਡੇ ਵਾਸਤੇ ਸਵੇਰ ਲੈ ਜਾਓ 7 ਤਰੀਕ ਤੇ ਬੜੇ ਦਿਨ ਆ ਜੇ ਇਹ ਗੱਲ ਹੁੰਦੀ ਹੈ ਜੀ ਇਹ ਮੁਹੱਬਤ ਹੁੰਦੀ ਹੈ ਆਪਣੇ ਕਿ ਕਿਸੇ ਨੂੰ ਰੱਖਣਾ ਮੈਂ ਉਸ ਟੇਲਰ ਨੂੰ ਵੀ ਕਿਹਾ ਸੀ ਕਿ ਯਾਰ 7-8 ਦਿਨ ਟਾਈਮ ਆ ਤੇਰੇ ਕੋਲ ਤੂੰ ਅਗਰ ਜਿੱਥੇ 8 ਘੰਟੇ ਕੰਮ ਕਰਨਾ ਉੱਥੇ 9 ਘੰਟੇ ਕਰ ਲਏਗਾ ਨਾ 2 ਦਿਨ ਤੇ ਸੂਟ ਜਿਹੜਾ ਮੈਂ ਸੀਤਾ ਹੈ ਨਾ
लेकिन उन्हें बड़ा रुखा जहा जवाब दिता तो मेरी बड़ी दिल आजारी हुई वैसे, लेकिन ताड़ी राय है कि तुसी की कहंदे हो कमेंट्स करके दसना। इकबाल भाई की मोहब्बत है कितने मुंडी गल है कितने रैबा मोड़ है, उन्हें कहा जी भाजी सूट एक दो घंटे की मार है जो मर्जी लाइयो तुसी ते तुसी जाके पाओ। ते बाकी मैं अपने जिन्हें तमाम साढ़े जिला नारवल के जिन्हें भी टेलर ने जिते जिते भी ने एक सिर्फ मैसेज देने वास्ते वीडियो बनाई है कि यार एक नवा बंदा भी तुहाडे कोल आ जाए ना, तो मैं अपनी जात वास्ते कहना कि मैं उहदी जगह ते हुंदा ते मैनू कोई काम कहना ना ते मेरा जिस तरह हमसाया सी मैं ते जिहड़े लोग जानदे ने परसनली मैनू मैं ते कदे उहनां नूं भी नाराज नहीं कीता, कोशिश करीदा साढ़े तो कोई नाराज ना हो तो मैं सारे काम छड़ के हो सकता उस बंदे का काम करदा, लेकिन मन्निया कि हर बंदा मजबूर हुंदा लेकिन उहनूं चाहीदा सी कि जवाब ना दिंदा रख लंदा टाइम थोड़ा बहुत कट के मेरा भी काम कर दिंदा, लेकिन उहदी अपनी सोच है। जिस तरह इकबाल भाई ने कहा अपने तमाम टेलरां नूं मैसेज देने का मकसद है कि यार कस्टमर वेख्या करो अपना गाहक वेख्या करो कि इनू किसना डील करना यार या ये किसना खुश हो सकता ताडे अगर एक घंटा ज्यादा टाइम लाने अगला बंदा खुश हो जाता या अगले की मजबूरी जी क्लीयर हो जाती है वो अपने जो टाइम ना हो जाता काम। बड़ी वड्डी नियमत भी है नेकी भी है कि किसी का मुश्किल टाइम देखो मुश्किल ही होंगे ना जो थोड़े दिन रह जाते हैं तो बंदा एमरजेंसी जाता कि कोई पैसे की वजह ना किसी वजह ना भी जल्दी कपड़ा नहीं खरीद सकता, जिस तरह कि अगों हुई ईद आनी है कई बेचारा ने मुलाजमान ने साढ़े भरावान ने ईद रात चांद रात को आना कि इन्हें चार दिन पहले आना कि इन्हें खुद आके शॉपिंग करके कपड़े देने। मैं ऐसे लोग भी देखने कि चांद रात को सूट लैके तो सुबह सी के वह पाते हैं, ऐसे टेलर भी है जो काम करके देंगे, ऐसे टेलर भी है जो महीना महीना पहले बुकिंग बंद कर देंगे, लेकिन है कि बंदा रखना चाहिए गली के कखा की भी जरूरत पैंती है जिंदगी के किसी मोड़ च। मैं मेरा हमसाया वो को मैं कपड़े सवादा रहा, मैं हूँ इकबाल को सिलाव या मैं किसी बंद भी को सिलाव, मेरी अपनी ऐसी नेचर है कि मैं सिर्फ जिंदगी किसी भी बंद दो दफा वो अगे करीदा मिन्नत कह लो इल्तजा कह लो जो भी कह लो दो दफा, तीसरी दफा साढ़ा दीन भी कहता कि तीसरी दफा जो तुम कि बंद अगे रिक्वेस्ट करते हो ना तो शिरक चाहती है अल्लाह तला भी नाराज हों की गल है तेन मेरे ते मान नहीं कि यह बंदा ही कर सकता, इसलिए वो शिरक वाले पासे चल जाता। एक बारी या दो बारी बंदे की मिन्नत करो तुसी दो दफा कहो अगर वो तुहाडा काम नहीं करता तो तीसरी दफा कहना शिरक चाहता, बाकी कोई फतवा ना लायो। तो बाकी इकबाल भाई की मुहब्बत है कि उन्होंने कहा कि तुसी खफा ना हो जी ताडा सूट हुण ही कटाई हुंदा कि शाम नूं वापसी लैके जाना तो शाम नूं वापसी लैके जायो, कल लैके जाना सत्त नूं लैके जाना छे नूं लैके जाना ताडी मर्जी है, मैं सूट ताडा सी देना। भाई जी यह मुहब्बत होंदी है कि चलो बिजी ने मसरूफ ने लेकिन टाइम कढ़ के मेरा काम कर दिता तो इन्हों की मुहब्बत है इन्हों की नवाजिश है। वो कहना जो मुश्किल टाइम च काम आए ना ओदियां यादा ओदा एहसान होंदा उस बंदे नूं भी मैं याद रखना इंशाल्लाह तआला इन्हां नूं भी याद रखना। तो बहुत बहुत वड्डी मुहब्बत है जी सर जी अजी ने ताबिया दा ना जी। तो कहने कि जिद काम तुम करना जिद को हजार रुपया सिलाई लिया ना तो अर्जेंट तुम कह यार मैं 1200 दे दे 1200 दे दे मैं तेरा सूट बना देना बना देना ਇਹੀ ਬੰਦਾ ਕਰ ਸਕਦਾ ਤੇ ਇਹੀ ਟੇਲਰ ਕਰ ਸਕਦਾ ਤੇ ਇਹੀ ਆਪਣਾ ਕਸਟਮਰ ਕਰ ਸਕਦਾ ਜੀ ਜੀ ਕਿ ਯਾਰ ਇਹਨੇ ਮੇਰੇ ਵਾਸਤੇ ਟਾਈਮ ਕੱਢਿਆ ਚੱਲ ਮੈਂ ਰੁਪਈਆ 200 ਨੂੰ ਵਧਾ ਦਿੰਦਾ ਬਾਈ ਉਹ ਮੈਨੂੰ ਕਹਿ ਸਕਦਾ ਜੇ ਅਗਰ ਮੇਰੇ ਕੋਲ 1000 ਰੁਪਏ ਸਲਾਈ ਲੈਂਦਾ ਇੱਕ ਮਿਸਾਲ ਆ ਉਹ ਮੈਨੂੰ ਕਹਿ ਸਕਦਾ ਸੀ ਭਾਈ ਯਾਰ ਵਾਰਾ ਨਹੀਂ ਖਾਂਦੀ ਹੁਣ ਮਹਿੰਗਾਈ ਹੋ ਗਈ ਆ 1200 ਦੇ ਦਿਓ 1400 ਦੇ ਦਿਓ 1500 ਦੇ ਦਿਓ ਫਿਰ ਮੇਰਾ ਅੱਗੇ ਰੱਦੇ ਅਮਲ ਸੀ ਕਿ ਮੈਂ ਦੇਣਾ ਜਾਂ ਨਹੀਂ ਦੇਣਾ ਜਾਂ ਕੰਮ ਕਰਵਾਉਣਾ ਕਿ ਨਹੀਂ ਕਰਵਾਉਣਾ ਲੇਕਿਨ ਉਹਨੇ ਮੈਨੂੰ ਸਾਫ਼ ਜਵਾਬ ਦਿੱਤਾ ਤੇ ਮੇਰਾ ਬੜਾ ਦਿਲ ਦੁਖਿਆ ਦਿਲ ਇਸ ਵਾਰਾ ਦੁਖਿਆ ਕਿ ਇੱਕ ਤਾਂ ਮੇਰਾ ਹਮਸਾਇਆ ਸੀ ਬਿਲਕੁਲ ਔਰ ਵੀਡੀਓ ਵੀ ਮੈਂ ਇਸ ਲਈ ਬਣਾ ਰਿਹਾ ਕਿ ਮੈਨੂੰ ਕਿਸੇ ਕਿਸਮ ਦਾ ਖੌਫ ਨਹੀਂ ਸਿਰਫ ਦੱਸਣ ਵਾਸਤੇ ਕਿ ਯਾਰ ਬੰਦਾ ਰੱਖੀਦਾ ਹੈ ਆ ਚੀਜ਼ਾਂ ਕੰਮ ਟਾਈਮ ਗੁਜ਼ਰ ਜਾਣਾ ਸਾਰਾ ਕੁਝ ਇਹ ਤੇ ਬਲਕੇ ਗੱਲ ਤੇ ਬੰਦਾ ਰੱਖੀਦਾ ਜ਼ਿੰਦਗੀ ਦੇ ਕਿਸੇ ਮੋੜ ਤੇ ਬੰਦੇ ਨਾਲ ਕੰਮ ਪੈਂਦਾ ਬੰਦਾ ਰੱਖਣਾ ਚਾਹੀਦਾ ਤੇ ਇਕਬਾਲ ਭਾਈ ਦੀ ਮੁਹੱਬਤ ਆ ਦੇਖੋ ਕੰਮ ਇਹਨਾਂ ਨੇ ਵੀ ਮੇਰਾ ਕਰ ਦੇਣਾ ਕੰਮ ਮੇਰਾ ਕਿਸੇ ਹੋਰ ਨੇ ਵੀ ਕਰ ਦੇਣਾ ਪੈਸੇ ਇਹਨਾਂ ਨੇ ਵੀ ਲੈਣੇ ਪੈਸੇ ਕਿਸੇ ਹੋਰ ਨੇ ਵੀ ਲੈਣੇ ਲੇਕਿਨ ਇਹਨਾਂ ਦੀ ਇੱਜ਼ਤ ਜੋ ਮੇਰੇ ਦਿਲ 'ਚ ਆ ਤੇ ਉਹਦੀ ਇੱਜ਼ਤ ਜੋ ਮੇਰੇ ਦਿਲ 'ਚ ਆ ਉਹ ਮੇਰਾ ਰੱਬ ਜਾਣਦਾ ਤੇ ਬਾਕੀ ਲਵ ਯੂ ਹੋ ਗਿਆ ਸਾਰੇ ਟੇਲਰਾਂ ਅੱਗੇ ਮੁਹੱਬਤ ਆ ਕਿ ਜਿਸ ਤਰ੍ਹਾਂ ਇਕਬਾਲ ਭਾਈ ਨੇ ਕਿਹਾ ਨਾ ਯਾਰ 100-200 ਵੱਧ ਲੈ ਲਿਆ ਕਰੋ ਆਪਣੇ ਪੱਕੇ ਕਸਟਮਰ ਨੂੰ ਜਿਹੜਾ ਨਾ ਤੁਸੀਂ ਉਹਨੂੰ ਵਾਪਸ ਨਾ ਕਰਿਆ ਕਰੋ ਉਹਨੂੰ ਮੋੜਿਆ ਨਾ ਕਰੋ ਉਹਨੂੰ ਦੱਸ ਦਿਆ ਕਰੋ ਕਿ ਯਾਰ ਮਜਬੂਰ ਹੈ ਮਹਿੰਗਾਈ ਆ ਇਹ ਚੱਕਰ ਆ ਜਾਂ ਟਾਈਮ ਕੱਢ ਕੇ ਤੇਰਾ ਟਾਈਮ ਕਰਨਾ ਥੋੜ੍ਹੀ ਜਿਹੀ ਮਿਹਨਤ ਹੈ ਤੇ ਚਲੋ 100-200 ਵੱਧ ਦੇ ਦੇ ਯਾਰ ਅਗਲਾ ਵੀ ਖੁਸ਼ ਤੁਹਾਡਾ ਕੰਮ ਵੀ ਖੁਸ਼ ਹੋਏ ਤੇ ਅੱਜ ਦੇ ਦੌਰ 'ਚ ਮੈਂ ਅਕਸਰ ਕਹਿੰਦਾ ਆਪਣੀ ਹਰ ਵੀਡੀਓ 'ਚ
वीडियो लंबी होंगी जान डी है कहना कि गल्ला फजूल करता जान डिया कि पैसे लैके ताडे कोलों पैसे लैके कोई काम टाइम नाल कर दे ते या उस पैसों के मुताबक अच्छा काम कर दे ते सब तो वड्डी नेकी है इस दौर च वरना लोग पैसे भी पूरे लेंदे ने म्यार दी चीज भी नहीं बनाते। और अगर मैं किसी दर्जी नूं दाना कि यार 2000 रुपए सिलाई ले ला ते अजकल साढ़े बड़ा चलता पाया अपने कालर शालर या जो बुकरम मदीना वाला एक मसाल है जी तो लोग कहते हैं जी पाया मदीना वाला लेकिन पा फिर भी मदीना वाला नहीं होंगे यह दो नंबर ही होंगी है तो जो थोड़े को पैसे पूरे लैके एक नंबर चीज ला देना तो नियमत है गनीमत है इस दौर च जिन्हें भी साढ़े टेलर भरा नहीं कोई भी किसी भी काम च है अं यही पैगाम देने कि अगर तुम पैसे पूरे लेंगे हो ना तो म्यार से यार काम भी पूरा करो तो साड़ी यह माड़ी चंकी गल अगर चंकी लगी हो तो शेयर कर छेड़ो माड़ी लगे तो यार राय का इजहार कराया करो कमेंट्स अच्छा कराया करो समझाने वास्ते कराया करो बादे खिलाकी इस्तेमाल ना कराया करो अच्छा नहीं लगता बंदा इतों तरबीयत जाहिर होंगी है तो एक बाल भाई ना रैबे मोड़ लव यू हो गया तुम सारू अपनी दुआ याद रखा करो बाल भाई न अपने तरवीर खान काबश में दो इजाजत अल्लाह हाफिज़।